Bora! ਤੁਹਾਨੂੂੰ ਕੋਈ ਦਿੱਕਤ, ਕੋਈ ਤੰਗੀ, ਕੋਈ ਇੱਥੇ ਜਾਂ ਪਿੱਛੇ ਕਿਤੇ ਵੀ ਰਾਹ ਵਿੱਚ? ਕੋਈ ਨਹੀਂ, ਸਾਰੇ ਕਾਰਪੋਰੇਟ ਜਿਹੜਾ ਵੀ ਆ ਰਹੇ ਸੀ, ਤੁਸੀਂ ਬਲਕਿ ਉਹ ਤੋਂ ਆ ਰਹੇ ਨੇ ਕਿ ਹੋਰ ਤੁਸੀਂ ਆਓ। ਬਹੁਤ ਵਧੀਆ ਲੱਗਾ ਬਾਕੀ, ਆਪਾਂ ਉਮੀਦ ਜਿੰਨੀ ਨੇ ਕੀਤੀ ਸੀ ਉਸ ਤੋਂ ਹੋਰ ਜ਼ਿਆਦਾ ਚੰਗਾ ਲੱਗ ਰਿਹਾ। ਪਾਕਿਸਤਾਨ ਵਾਲਿਆਂ ਨੂੰ ਇੰਨਾ ਪਿਆਰ ਇੱਥੇ ਮਿਲਿਆ, ਸਾਡੇ ਹਿੰਦੁਸਤਾਨ ਵਾਲਿਆਂ ਨੂੰ ਬਹੁਤ ਜ਼ਿਆਦਾ ਖੁਸ਼ੀ ਹੋਈ ਹੈ। ਆਪਸ ਵਿੱਚ ਭਾਈਚਾਰਾ ਇੱਥੇ ਵੀ ਬਣਿਆ ਹੋਇਆ ਉਸ ਤਰ੍ਹਾਂ ਜਿਸ ਤਰ੍ਹਾਂ ਅਸੀਂ ਸੋਚ ਕੇ ਆਏ ਸੀ। ਬਹੁਤ ਗੁਰੂ ਜੀ ਦੀ ਪਿਆਰੀ ਸਾਧ ਸੰਗਤ ਜੀ, ਆਓ ਆਪਾਂ ਮਿਲ ਕੇ ਗੁਰੂ ਦਸਮੇਸ਼ ਪਿਤਾ ਜੀ ਦੀ ਬਖਸ਼ੀ ਹੋਈ ਫਤਿਹ ਦੀ ਸਾਂਝ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੱਚਖੰਡ ਸ੍ਰੀ ਗੁਰਦੁਆਰਾ ਕਰਤਾਰਪੁਰ ਸਾਹਿਬ ਤੋਂ ਕਰਿਸ਼ਮਾ ਕੌਰ, ਜਿੱਦਾਂ ਕਿ ਆਪਾਂ ਪਹਿਲੇ ਵੀ ਇਸ ਗੱਲ ਨਾਲ ਜਾਣੂ ਹਾਂ ਕਿ ਗੁਰੂ ਘਰ ਪਹੁੰਚੀਆਂ ਜਿਹੜੀਆਂ ਸੰਗਤਾਂ ਜਿਹੜੀਆਂ ਮਹਾਰਾਜ ਜੀ ਦੀ ਸ਼ਰਨ ਵਿੱਚ ਆਉਂਦੀਆਂ ਸਨ ਅਤੇ ਮਹਾਰਾਜ ਜੀ ਦੇ ਖੁੱਲੇ ਦਰਸ਼ਨ ਦੀਦਾਰੇ ਕਰਨ ਵਾਸਤੇ ਆਉਂਦੀਆਂ ਸਨ ਭਾਰਤ ਵਾਲੇ ਪਾਸੋਂ, ਇੱਥੇ ਪਾਕਿਸਤਾਨ ਦੀ ਪਵਿੱਤਰ ਧਰਤੀ ਸੱਚਖੰਡ ਸ੍ਰੀ ਗੁਰਦੁਆਰਾ ਕਰਤਾਰਪੁਰ ਸਾਹਿਬ, ਆਪਾਂ ਉਹਨਾਂ ਤੋਂ ਪੁੱਛਦੇ ਹਾਂ ਕਿ ਉਹਨਾਂ ਨੇ ਮਹਾਰਾਜ ਜੀ ਦੇ ਕੋਲ ਆ ਕੇ ਇੱਥੇ ਮਹਾਰਾਜ ਜੀ ਦੀ ਪਵਿੱਤਰ ਧਰਤੀ ਤੇ ਆ ਕੇ ਕੀ ਲਾਹਾ ਪ੍ਰਾਪਤ ਕੀਤੇ ਅਤੇ ਕੀ ਉਹਨਾਂ ਨੇ ਮਹਿਸੂਸ ਕੀਤਾ ਇੱਥੇ ਗੁਰੂ ਘਰ ਦੇ ਵਿੱਚ। ਇੰਜ ਹੀ ਗੁਰੂ ਪਿਆਰੀ ਸਾਜੀ ਨਿਵਾਜੀ ਬਹੁਤ ਹੀ ਸੋਹਣੀ ਸੰਗਤ ਜਿਹੜੀ ਗੁਰੂ ਜੀ ਦੀ ਆਈ ਹੈ, ਇਹਨਾਂ ਨਾਲ ਗੱਲਬਾਤ ਕਰਦੇ ਹਾਂ ਕਿ ਇਹਨਾਂ ਨੇ ਇੱਥੇ ਆ ਕੇ ਕੀ ਆਨੰਦ ਮਾਣਿਆ ਅਤੇ ਇਹਨਾਂ ਨੂੰ ਕਿੱਦਾਂ ਦਾ ਲੱਗਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਜੀ ਦਾ ਨਾਂ ਕੀ ਹੈ ਵੀਰ ਜੀ? ਕਿੱਥੋਂ ਜੇ ਤੁਸੀਂ? ਮਨਜੀਤ ਸਿੰਘ ਛਾਬੜਾ, ਛੱਤੀਸਗੜ੍ਹ ਰਾਏਪੁਰ ਤੋਂ। ਹਿੰਦੁਸਤਾਨ ਵਾਲਿਆਂ ਨੂੰ ਬਹੁਤ ਜ਼ਿਆਦਾ ਖੁਸ਼ੀ ਹੋਈ ਹੈ। ਆਪਸ ਵਿੱਚ ਭਾਈਚਾਰਾ ਇੱਥੇ ਵੀ ਬਣਿਆ ਹੋਇਆ ਉਸ ਤਰ੍ਹਾਂ ਜਿਸ ਤਰ੍ਹਾਂ ਅਸੀਂ ਸੋਚ ਕੇ ਆਏ ਸੀ, ਬਹੁਤ ਚੰਗਾ ਲੱਗਿਆ। ਤੇ ਇਹ ਜਿਹੜਾ ਜੱਥਾ ਆਪ ਜੀ ਆਪਣੀ ਗਵਾਹੀ ਹੇਠ ਗੁਰੂ ਪਾਤਸ਼ਾਹ ਜੀ ਦੀ ਬਖਸ਼ਿਸ਼ ਨਾਲ, ਅਕਾਲ ਪੁਰਖ ਵਾਹਿਗੁਰੂ ਜੀ ਦੀ ਬਖਸ਼ਿਸ਼ ਨਾਲ ਜੱਥਾ ਲੈ ਕੇ ਆਇਆ, ਤੁਸੀਂ ਆਪ ਜੋੜਿਆ ਜਾਂ ਤੁਹਾਡੇ ਨਾਲ ਜੁੜਿਆ ਸੀਗਾ ਸਾਰਾ ਜੱਥਾ? 2013 ਤੋਂ ਲੈ ਕੇ ਅਸੀਂ ਵੱਖ ਵੱਖ ਥਾਵਾਂ 'ਚ ਗੁਰੂ ਧਾਮਾਂ ਦੀ ਯਾਤਰਾ ਵਾਸਤੇ ਲੈ ਕੇ ਜਾਂਦੇ ਹਾਂ ਜੀ। ਤੇ ਇਸ ਵਾਰੀ ਗਵਾਲੀਅਰ, ਆਗਰਾ, ਉਸ ਤੋਂ ਬਾਅਦ ਦਰਬਾਰ ਸਾਹਿਬ ਅੰਮ੍ਰਿਤਸਰ ਤੇ ਕਰਤਾਰਪੁਰ ਦਾ ਪ੍ਰੋਗਰਾਮ ਬਣਾਇਆ ਸੀ, ਜਿਹਦੇ ਵਿੱਚ ਲਗਭਗ 4 ਮਹੀਨਾ ਪਹਿਲੇ ਤੋਂ ਇਹਦੀ ਤਿਆਰੀ ਸ਼ੁਰੂ ਕੀਤੀ ਜਾਂਦੀ ਹੈ। ਤੇ ਜਿਹੜੀ ਸਾਰੀ ਸੰਗਤ ਤੁਸੀਂ ਮਿਲ ਜੋੜ ਕੇ ਲੈ ਕੇ ਆਏ ਜੇ, ਹੁਣੇ ਭਾਈ ਸਾਹਿਬ ਨੇ ਦੱਸਿਆ ਕਿ ਛੱਤੀਸਗੜ੍ਹ ਤੋਂ ਆਏ ਨਾ ਮਹਾਰਾਜ ਜੀ ਦੇ ਦਰਸ਼ਨ ਕਰਨ ਵਾਸਤੇ, ਕਿੰਨਾ ਕੁ ਇੱਥੋਂ ਫਾਸਲਾ ਹੈ ਉਹਦਾ, ਕਿੰਨਾ ਕੁ ਦੂਰ? ਕਰਤਾਰਪੁਰ ਤੋਂ ਸਾਡਾ ਪਿੰਡ ਹੋਏਗਾ 2000 ਕਿਲੋਮੀਟਰ ਦੇ ਆਸ ਪਾਸ। ਬਹੁਤ ਵਧੀਆ ਗੱਲ ਹੈ। ਤੇ ਰਸਤੇ ਵਿੱਚ ਆਉਂਦੇ ਜਾਂ ਇੱਥੇ ਤੁਹਾਨੂੰ ਗੁਰੂ ਘਰ ਦੇ ਵਿੱਚ ਜਾਂ ਪਿੱਛੇ ਕਿਤੇ ਵੀ ਤੁਹਾਨੂੰ ਕੋਈ ਦਿੱਕਤ, ਕੋਈ ਪਰੇਸ਼ਾਨੀ ਤਾਂ ਨਹੀਂ ਹੋਈ? ਨਹੀਂ, ਕਿਸੇ ਤਰ੍ਹਾਂ ਦੀ ਕੋਈ ਵੀ ਦਿੱਕਤ, ਪਰੇਸ਼ਾਨੀ ਕੁਝ ਵੀ ਨਹੀਂ। ਬਹੁਤ ਚੰਗਾ ਲੱਗਿਆ, ਪਾਕਿਸਤਾਨ ਦੇ ਸਾਡੇ ਭਰਾਵਾਂ ਦੀ ਬਹੁਤ ਪਿਆਰ ਮਿਲਿਆ, ਬਹੁਤ ਮਾਨ ਸਨਮਾਨ ਸਤਿਕਾਰ ਮਿਲਿਆ, ਅਸੀਂ ਉਹਨਾਂ ਦੇ ਧੰਨਵਾਦੀ ਹਾਂ। ਤੁਸੀਂ ਗੁਰੂ ਘਰ ਦੀ ਦੇਖ ਰੇਖ ਬਾਰੇ ਜੇਕਰ ਕੁਝ ਕਹਿਣਾ ਚਾਹੋ ਆਪਣੇ ਵਿਚਾਰ? ਨਹੀਂ, ਸਭ ਕੁਝ ਬਹੁਤ ਹੀ ਸਾਫ਼ ਸਫਾਈ, ਲੰਗਰ ਦੀ ਵਿਵਸਥਾ, ਲਿਆਉਣੇ ਲਿਜਾਣੇ ਦਾ ਪੂਰਾ ਅਰੇਂਜਮੈਂਟ ਬਹੁਤ ਵਧੀਆ ਰਿਹਾ। ਸਹੀ, ਅੱਗੋ ਤੁਸੀਂ ਗਾਹ ਹੋਰ ਸੰਗਤ ਜੋੜ ਕੇ ਨਾਲ ਲੈ ਕੇ ਆਉਣਾ ਚਾਹੋਗੇ? ਪੂਰੀ ਕੋਸ਼ਿਸ਼ ਕਰਾਂਗਾ ਵਾਹਿਗੁਰੂ ਜੀ ਅੱਗੇ ਅਰਦਾਸ ਕਰਾਂਗੇ ਕਿ ਔਰ ਵੱਧ ਚੜ ਕੇ ਇੱਥੇ ਆਈਏ ਔਰ ਗੁਰੂ ਧਾਮਾਂ ਦੇ ਦਰਸ਼ਨ ਕਰਾਈਏ ਸੰਗਤਾਂ ਨੂੰ। ਸਤਿ ਬਚਨ ਮਹਾਰਾਜ ਜੀ ਕਰਨ, ਉਹ ਸਮਾਂ ਛੇਤੀ ਛੇਤੀ ਆਇਆ, ਆਪਾਂ ਸਾਰੇ ਜਣੇ ਫਿਰ ਮਿਲੀਏ, ਇਸ ਤੋਂ ਵੱਧ ਸੰਗਤ ਨਾਲ ਫਿਰ ਮਿਲੀਏ, ਕਿਉਂਕਿ ਮਹਾਰਾਜ ਜੀ ਦੀ ਇਹ ਜਿਹੜੀ ਪਿਆਰੀ ਸੰਗਤ ਹੈ ਨਾ, ਇਹਦੇ ਵਿੱਚ ਹੀ ਗੁਰੂ ਪਾਤਸ਼ਾਹ ਜੀ ਦੇ ਸਾਨੂੰ ਦਰਸ਼ਨ ਹੁੰਦੇ ਹਨ ਅਤੇ ਬਹੁਤ ਹੀ ਸਤਿਕਾਰਯੋਗ ਹੈ ਸਾਡੇ ਵਾਸਤੇ ਇਹ ਗੁਰੂ ਜੀ ਦੀ ਸੰਗਤ। ਭਾਈ ਸਾਹਿਬ ਹੋਣ ਰਲੇ ਨੇ ਸਾਡੇ ਨਾਲ,
ਤੇ ਬਹੁਤ ਚਾਹ ਸੀ ਇਹਨਾਂ ਨੂੰ ਕਿ ਅਸੀਂ ਗੱਲ ਕਰਨਾ ਚਾਹੁੰਦੇ ਹਾਂ ਗੁਰੂ ਘਰ ਬਾਰੇ। ਇਹ ਵੀ ਭਾਈ ਸਾਹਿਬ ਜਥੇਦਾਰ ਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵੀਰ ਜੀ ਤੁਹਾਡਾ ਨਾਂ ਕੀ, ਤੁਸੀਂ ਕੁਛ ਆਪਣੇ ਵਿਚਾਰ ਦੱਸਣਾ ਚਾਹੋ? ਤਰਲੋਚਨ ਸਿੰਘ ਜੀ। ਜੀ ਤੁਹਾਨੂੰ ਉਸ ਤਰ੍ਹਾਂ ਜਰਾ ਵੀ ਨਹੀਂ ਲੱਗਿਆ ਕਿ ਅਸੀਂ ਮਤਲਬ ਭਾਰਤ ਛੱਡ ਕੇ ਪਾਕਿਸਤਾਨ ਆਏ? ਆਪਣੀ ਥਾਂ ਤੇ ਆਏ, ਸਾਰਿਆਂ ਨਾਲ ਮੁਲਾਕਾਤ ਹੋਈ, ਸਾਨੂੰ ਬਹੁਤ ਵਧੀਆ ਲੱਗਿਆ। ਕੋਈ ਵੀ ਬੰਦਾ ਇਸ ਤਰ੍ਹਾਂ ਤਾਂ ਨਹੀਂ ਲੱਗਿਆ ਸਾਨੂੰ ਕਿ ਜੋ ਕਾਰਪੋਰੇਟ ਨਹੀਂ ਕਰ ਰਿਹਾ ਸਾਨੂੰ। ਧੰਨਵਾਦ ਜੀ। ਦੇਖੋ ਜਿੱਥੇ ਗੁਰੂ ਪਾਤਸ਼ਾਹ ਜੀ ਨੇ ਇੱਕ ਪਲ ਬਤਾਇਆ ਹੈ ਨਾ, ਉਹ ਧਰਤੀਆਂ ਪੂਜਣ ਯੋਗ ਹੋ ਗਈਆਂ, ਤੇ ਉਹਨਾਂ ਦਾ ਇਤਿਹਾਸ ਆਪਾਂ ਨਾ ਸੁਣ ਸਕਦੇ ਹਾਂ ਨਾ ਸੁਣਾ ਸਕਦੇ ਹਾਂ। ਇਹ ਤੇ ਉਹ ਪਵਿੱਤਰ ਸਥਾਨ ਹੈ ਜਿੱਥੇ ਮੇਰੇ ਗੁਰੂ ਪਾਤਸ਼ਾਹ ਜੀ ਨੇ, ਸਾਡੇ ਪਿਤਾ ਨੇ 18 ਸਾਲ ਬਹੁਤ ਲੰਮਾ ਸਮਾਂ ਹੁੰਦਾ ਬਤੀਤ ਕੀਤਾ, ਅਤੇ ਸਿਰਫ ਇਤਿਹਾਸ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਨਾਲ ਨਹੀਂ ਜੁੜਿਆ, ਆਪਣੀ ਦੂਜੀ ਪਾਤਸ਼ਾਹੀ ਭਾਈ ਲਹਿਣਾ ਜੀ ਸਾਹਿਬ ਸ਼੍ਰੀ ਗੁਰੂ ਅੰਗਦ ਦੇਵ ਜੀ ਨਾਲ ਵੀ ਜੁੜਿਆ ਹੈ। ਭਾਈ ਲਹਿਣਾ ਜੀ ਮਹਾਰਾਜ ਜੀ ਨਾਲ ਇਸ ਅਸਥਾਨ ਪਵਿੱਤਰ ਅਸਥਾਨ ਤੇ 7 ਸਾਲ ਰਹੇ, ਅਤੇ ਗੁਰੂ ਪਾਤਸ਼ਾਹ ਜੋ ਵੀ ਉਹਨਾਂ ਨੂੰ ਹੁਕਮ ਦਿੰਦੇ ਸੀ, ਜੋ ਵੀ ਉਪਦੇਸ਼ ਦਿੰਦੇ ਸੀ, ਉਹਨਾਂ ਨੂੰ ਸੱਤ ਕਰਕੇ ਮੰਨਦੇ ਸੀ, ਅਤੇ ਗੁਰੂ ਪਾਤਸ਼ਾਹ ਜੀ ਉਹਨਾਂ ਕੋਲੋਂ ਪ੍ਰੀਖਿਆਵਾਂ ਵੀ ਲਈਆਂ। ਜਦੋਂ ਮਹਾਰਾਜ ਜੀ ਨੇ ਉਹਨਾਂ ਕੋਲ ਪ੍ਰੀਖਿਆਵਾਂ ਲਈਆਂ, ਅਤੇ ਗੁਰੂ ਨਾਨਕ ਦੇਵ ਜੀ ਨੇ ਉਹਨਾਂ ਨੂੰ ਭਾਈ ਲੈਣੇ ਤੋਂ ਸਾਹਿਬ ਸ਼੍ਰੀ ਗੁਰੂ ਅੰਗਦ ਦੇਵ ਜੀ ਬਣਾ ਦਿੱਤਾ। ਇਹ ਬਹੁਤ ਹੀ ਵਡਭਾਗਾ ਅਤੇ ਪਵਿੱਤਰ ਅਸਥਾਨ ਹੈ ਜਿੱਥੇ ਤੁਹਾਡੇ ਵਰਗੀ ਸੰਗਤ ਦਰਸ਼ਨ ਕਰਨ ਵਾਸਤੇ ਪਹੁੰਚੀ ਹੈ। ਸੁਬਹਾ ਜਦੋਂ ਇਹ ਸੰਗਤ ਐਂਟਰ ਹੋਈ ਨਾ, ਐਡੀ ਸੋਹਣੀ ਲੱਗ ਰਹੀ ਸੀ। ਮੈਂ ਪਹਿਲੇ ਹੀ ਕਹਿ ਰਹੀ ਸੀ, ਮੈਂ ਕਿਹਾ ਦੇਖੋ ਮਹਾਰਾਜ ਜੀ ਦੀ ਬਾਕੀ ਸਾਜੀ ਹੋਈ ਸੰਗਤ ਆ, ਗੁਰੂ ਪਾਤਸ਼ਾਹ ਜੀ ਕਰਨ ਆਪਾਂ ਫੇਰ ਇਹਨਾਂ ਨਾਲ ਮਿਲੀਏ, ਇਹਨਾਂ ਨਾਲ ਫੇਰ ਇਹ ਸਮਾਂ ਆਏ ਕਿ ਇਹ ਗੁਰੂ ਘਰ ਦੇ ਇੱਥੇ ਦਰਸ਼ਨ ਕਰਨ ਵਾਸਤੇ ਆ। ਵਾਹਿਗੁਰੂ ਜੀ ਬਖਸ਼ਿਸ਼ ਹੋਈ ਸਾਡੇ ਉੱਪਰ, ਗੁਰੂ ਨਾਨਕ ਦੇਵ ਜੀ ਕਿ ਅਸੀਂ ਇੱਥੇ ਆਏ ਹਾਂ ਤੇ ਦਰਸ਼ਨ ਦਿੱਤੇ ਵਾਲੇ ਬਾਬਾ ਜੀ ਦੇ ਸਤ ਵਚਨ ਖਾਏ, ਦਰਸ਼ਨ ਹੋਏ ਨੇ, ਸਰੋਵਰ ਇਸ਼ਨਾਨ ਕੀਤਾ, ਉਹ ਦੇ ਦਰਸ਼ਨ ਕੀਤੇ ਨੇ, ਜਿੱਥੇ ਚਾਦਰ ਵਿਛਾਈ ਨੇ ਤੇ ਉਹ ਸੰਸਕਾਰ ਦੇ ਕੀਤਾ ਸੀ, ਸਾਰਾ ਦਰਸ਼ਨ ਕੀਤਾ ਉੱਥੇ ਆਪਾਂ। ਪਾਸਪੋਰਟ ਬਣਾ ਕੇ ਆਓ ਵਾਗਾ ਬਾਰਡਰ ਤੋਂ, ਜਰੂਰ ਜਰੂਰ, 2-3 ਦਿਨ ਸਾਨੂੰ ਸੇਵਾ ਦਾ ਮੌਕਾ ਦਵਾ ਕਰੇ ਤੇ ਮੈਂ ਜਰੂਰ ਆਵਾਂਗੇ ਜੀ। ਮਹਾਰਾਜ ਜੀ ਕਰਨ ਜਰੂਰ ਆਓ ਤੁਸੀਂ ਗਾਹ, ਹੋਰ ਸੰਗਤ ਜਿੱਦਾਂ ਭਾਈ ਸਾਹਿਬ ਕਹਿੰਦੇ ਆਪਾਂ ਜ਼ਰੂਰ ਜੋੜ ਕੇ ਨਵੀਂ ਸੰਗਤ ਫਿਰ ਨਾਲ ਲੈ ਕੇ ਆਵਾਂਗੇ। ਤੁਸੀਂ ਉਹਦੇ ਬਾਰੇ ਕੁਝ ਕਹਿਣਾ ਚਾਹੋਗੇ, ਜਿਹੜੀ ਸੰਗਤ ਆਉਂਦੀ ਹੈ ਜਾਂ ਜਿਹੜੀ ਆਉਣਾ ਚਾਹੁੰਦੀ ਹੈ ਉਹਨਾਂ ਵਾਸਤੇ ਕੀ ਮੈਸੇਜ ਦੇਣਾ ਚਾਹੁੰਦੇ ਹੋ? ਸੇਵਾ ਦਾ ਮੌਕਾ ਮਿਲਿਆ ਤਾਂ ਜਰੂਰ ਲੈ ਕੇ ਆਵਾਂਗੇ ਅਸੀਂ। ਸਤ ਬਚਨ, ਤੁਸੀਂ ਲੰਗਰ ਛਕਿਆ ਮਹਾਰਾਜ ਜੀ ਦੇ ਖੇਤਾਂ, ਤੁਸੀਂ ਜਿਹੜਾ ਪ੍ਰਸ਼ਾਦਾ ਛਕਿਆ ਉਹ ਮਹਾਰਾਜ ਜੀ ਦੇ ਇਹੀ ਖੇਤਾਂ ਵਿੱਚੋਂ ਜਿੱਥੇ ਕਦੇ 18 ਸਾਲ ਗੁਰੂ ਪਾਤਸ਼ਾਹ ਰਹੇ, ਆਪਣੇ ਹੱਥੀ ਖੇਤੀਬਾੜੀ ਕੀਤੀ। ਹਾਂਜੀ, ਇਹ ਸਾਡੀ ਗੁਰੂ ਪਿਆਰੀ ਗੁਰੂ ਸਾਜੀ ਨਿਵਾਜੀ ਪਿਆਰੀ ਸਾਧ ਸੰਗਤ, ਜਿਹਨਾਂ ਨਾਲ ਆਪਾਂ ਇੱਥੇ ਖਲੋ ਕੇ ਗੱਲਬਾਤ ਕੀਤੀ। ਮਹਾਰਾਜ ਜੀ ਨੇ ਇਹ ਬਹੁਤ ਹੀ ਵੱਡਾ ਸਮਾਂ ਬਖਸ਼ਿਆ ਕਿ ਆਪਾਂ ਇੱਥੇ ਇਕੱਠੇ ਜੁੜ ਕੇ ਖਲੋਤੇ ਹਾਂ, ਜੁੜ ਮਿਲ ਕੇ ਬੈਠੇ, ਅਤੇ ਇਹਨਾਂ ਨੂੰ ਮਹਾਰਾਜ ਜੀ ਨੇ ਇਹ ਲਾਹਾ ਦਿੱਤਾ ਕਿ ਇਹ ਮਹਾਰਾਜ ਜੀ ਦੇ ਘਰ ਦੇ ਦਰਸ਼ਨ ਕਰਨ ਰਹੇ ਹਨ, ਅਤੇ ਇੱਥੋਂ ਦੇ ਜਿਹੜੇ ਭਾਈ ਸਾਹਿਬ ਜਾਂ ਜਿਹੜੇ ਵੀ ਨੇ ਉਹਨਾਂ ਨਾਲ ਮਿਲ ਕੇ ਇਹਨਾਂ ਨੂੰ ਬਹੁਤ ਖੁਸ਼ੀ ਹੋਈ, ਇਹਨਾਂ ਨੇ ਆਪਣੇ ਵਿਚਾਰ ਸਾਂਝੇ ਕੀਤੇ। ਤੁਹਾਨੂੰ ਸਾਡੀ ਅੱਜ ਦੀ ਵੀਡੀਓ ਕਿੱਦਾਂ ਲੱਗੀ ਥੱਲੇ ਕਮੈਂਟ ਸੈਕਸ਼ਨ ਵਿੱਚ ਜ਼ਰੂਰ ਦੱਸਿਓ। ਜੇਕਰ ਵੀਡੀਓ ਤੁਹਾਨੂੰ ਵਧੀਆ ਲੱਗੀ ਇਹਨੂੰ ਸ਼ੇਅਰ ਅਤੇ ਲਾਈਕ ਜ਼ਰੂਰ ਕਰ ਦਿਓ। ਗੁਰਦੁਆਰਾ ਕਰਤਾਰਪੁਰ ਸਾਹਿਬ ਦਾ ਜਿਹੜਾ ਆਫੀਸ਼ੀਅਲ ਮੀਡੀਆ ਪੇਜ ਹੈ ਉਹਦੇ ਸਾਰੇ ਲਿੰਕ ਥੱਲੇ ਦਿੱਤੇ ਹੋਏ ਹਨ, ਉਸ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤਾਂ ਕਿ ਹਰ ਨਵੀਂ ਵੀਡੀਓ ਸਮੇਂ ਤੋਂ ਸਮੇਂ ਤੁਹਾਡੇ ਤੱਕ ਪਹੁੰਚਦੀ ਰਹੇ। ਆਪਾਂ ਫੇਰ ਮਿਲਦੇ ਹਾਂ ਆਪਣੀ ਇੱਕ ਹੋਰ ਨਵੀਂ ਵੀਡੀਓ ਨਾਲ। ਤਦ ਤੱਕ ਮਹਾਰਾਜ ਜੀ ਆਪ ਜੀ ਨੂੰ ਤੇ ਆਪ ਜੀ ਦੇ ਪਰਿਵਾਰ ਨੂੰ ਚੜ੍ਹਦੀ ਕਲਾ ਵਿੱਚ ਰੱਖਣ, ਦੇਹੋ ਅਸੀਸ ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।